ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿੱਦਾਂ ਕਿ ਮੈਂ ਪਹਿਲਾਂ ਵੀ ਆਪਣੇ ਬਲੌਗ ਵਿੱਚ ਦੱਸਿਆ ਸੀ ਕਿ ਸਾਡੀ ਗੁੰਨੂ ਦੀ ਸ਼ੁਰੂਆਤ ਹੈ ਜੋ ਉਹ ਪਿੱਗੀ ਦੇ ਬਿਨਾਂ ਹੁੰਦੀ ਨਹੀਂ ਹੈ। ਅੱਜ ਕੱਲ੍ਹ ਉਹ ਦਿਨੇ ਉੱਠਦੇ ਸਾਰ ਮੋਰਨਿੰਗ ਵਿੱਚ ਉੱਠਦੇ ਸਾਰ ਕਹਿੰਦਾ ਕਿ ਪਿੱਗੀ ਮੇਰੇ ਕੋਲ ਲੈ ਕੇ ਆਓ, ਬੈਡ 'ਤੇ ਬਿਠਾਓ, ਮੈਂ ਉਹਨਾਂ ਨਾਲ ਖੇਡੂੰਗਾ, ਉਹ ਮੇਰੇ ਪੁੱਤ ਹੈ। ਫਿਰ ਕਹਿੰਦਾ ਮੈਂ ਉਹਨਾਂ ਨੂੰ ਰੋਟੀ ਖਵਾਉਣੀ ਹੈ, ਫਿਰ ਮੈਂ ਫਟਾਫਟ ਰੋਟੀ ਬਣਾ ਕੇ ਲੈ ਕੇ ਆਈ ਉਹਨਾਂ ਲਈ। ਉਹਨਾਂ ਦੋਨਾਂ ਨੂੰ ਬਿਠਾਇਆ, ਉਹਨਾਂ ਦੋਨਾਂ ਨੇ ਰੋਟੀ ਖਾਧੀ। ਜਿਹੜਾ ਜਿਹਦਾ ਮੂੰਹ ਕਾਲਾ ਜੇ ਧੱਬੇ ਹੈ ਨਾ ਜਿਹਦੇ ਮੂੰਹ 'ਤੇ, ਉਹ ਸਾਡੀ ਰਾਣੀ ਹੈ, ਔਰ ਦੂਜੇ ਵਾਲਾ ਜਿਹੜਾ ਬਰਾਊਨ 'ਚ ਹੈ ਉਹ ਸਾਡਾ ਰਾਜਾ ਹੈ। ਬਹੁਤ ਹੀ ਜਲਦ ਫਿਰ ਇਹਨਾਂ ਦੇ ਬੇਬੀ ਆ ਜਾਣਗੇ, ਮੈਂ ਤੁਹਾਨੂੰ ਬੇਬੀ ਵੀ ਦਿਖਾਵਾਂਗੀ ਵੀਡੀਓ ਦੇ ਵਿੱਚ, ਸ਼ੋਰਟ ਵੀਡੀਓ ਦੇ ਵਿੱਚ। ਦੋਨਾਂ ਦੀ ਨਾ ਇੱਕ ਗੱਲ ਹੈ, ਰਾਣੀ ਨੂੰ ਮਤਲਬ ਖੜਕਾ ਜਾਂ ਕੋਈ ਆਵਾਜ਼ ਸੁਣ ਜੇ ਨਾ ਉਹ ਡਰਦੀ ਨਹੀਂ ਹੈ, ਔਰ ਰਾਜਾ ਸਾਡਾ ਉਹ ਮਾੜੀ ਜਿਹੀ ਆਵਾਜ਼ ਸੁਣ ਕੇ ਨਾ ਖੁੰਡ 'ਚ ਹੀ ਵੜ ਜਾਏਗਾ, ਕਿਤੇ ਜਾ ਕੇ ਲੁੱਕ ਹੀ ਜਾਏਗਾ। ਮਾੜੀ ਜਿਹੀ ਕੋਈ ਆਵਾਜ਼ ਹੋਵੇ, ਕੋਈ ਛਿੱਕ ਮਾਰ ਦੇ ਜਾਂ ਥੋੜ੍ਹਾ ਜਿਹਾ ਦਰਵਾਜ਼ਾ ਓਪਨ ਕਰ ਲਏ, ਕੁਛ ਵੀ ਕਰ ਲਏ ਨਾ, ਇੰਨੀ 'ਚ ਡਰ ਜਾਂਦਾ ਹਾਲੇ।